ਸਾਡਾ ਸ਼੍ਰੀ ਅਕਾਲ ਦੋਸਤੋ ਮੈਂ ਚਰਨਜੀਤ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਸਤੰਬਰ ਮਹੀਨਾ ਆ ਗਿਆ ਹੈ ਸਤੰਬਰ ਮਹੀਨੇ ਦੇ ਵਿੱਚ ਚੋਣੇ ਦੇ ਉੱਪਰ ਹੌਪਰ ਜਿਹਨੂੰ ਆਪਾਂ ਕਾਲਾ ਦਿਲ ਆ ਪੂਰੀ ਪੇਠ ਵਾਲਾ ਟਿੱਡਾ ਕਹਿੰਦੇ ਆ ਇਹਦਾ ਹਮਲਾ ਜਿਹੜਾ ਦਿਖਾਈ ਦੇਣਾ ਸਟਾਰਟ ਹੋ ਜਾਂਦਾ ਹੈ ਇਹਦੇ ਲਈ ਆਪਾਂ ਕਿਹੜੀਆਂ-ਕਿਹੜੀਆਂ ਸਪਰੇਆਂ ਕਰ ਸਕਦੇ ਆ ਇਹ ਸਪਰੇਆਂ ਦਾ ਕਿੰਨਾ ਖਰਚਾ ਆਉਂਦਾ ਹੈ ਕਿੰਨਾ ਚਿਰੇ ਰਿਜ਼ਲਟ ਰੱਖਦੀਆਂ ਨੇ ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਟੈਕਨੀਕਲ ਹੁੰਦੇ ਨੇ ਤੇ ਮੇਨ ਗੱਲ ਇਹ ਸਹੀ ਡੋਜ਼ ਆਪਾਂ ਕਿੰਨੀ ਪਾਉਣੀ ਹੈ ਇਹ ਜਿੰਨੀਆਂ ਵੀ ਗੱਲਾਂ ਨੇ ਅੱਗੇ ਇਸ ਵੀਡੀਓ ਦੇ ਵਿੱਚ ਆਪਾਂ ਜਾਣਦੇ ਆ ਮੈਂ ਚਰਨਜੀਤ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਸਭ ਤੋਂ ਪਹਿਲਾਂ ਜਿਹੜੇ ਨਵੇਂ ਕਿਸਾਨ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਲੱਗਾ ਬੈੱਲ ਦਾ ਬਟਨ ਵੀ ਦਬਾ ਲਓ ਤਾਂ ਕਿ ਹੋਰ ਵੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਾਰੇ ਭਰਾਵਾਂ ਨੂੰ ਇੱਕ ਬੇਨਤੀ ਹੈ ਕਿ ਜਿਹੜੀਆਂ ਸਪਰੇਅਾਂ ਮੈਂ ਇਸ ਵੀਡੀਓ ਦੇ ਵਿੱਚ ਦੱਸਣੀਆਂ ਨੇ ਕੋਈ ਲਾਜ਼ਮੀ ਨਹੀਂ ਹੈਗੀਆਂ ਕਿ ਆਪਾਂ ਹੁਣ ਕਰਨੀਆਂ ਹੀ ਨੇ ਜੇ ਆਪਾਂ ਨੂੰ ਹੌਪਰ ਦਾ ਹਮਲਾ ਦਿਖਾਈ ਦਿੰਦਾ ਤਾਂ ਹੀ ਆਪਾਂ ਇਹ ਸਪਰੇਆ ਕਰਨੀਆਂ ਨੇ ਇਹ ਵੀਡੀਓ ਵੇਖ ਕੇ ਆਪਾਂ ਇਹਨਾਂ ਸਪਰੇਆ ਦੀ ਵਰਤੋਂ ਨਹੀਂ ਕਰਨੀ ਆਪਾਂ ਆਪਣੀ ਲੋਡ ਦੇ ਹਿਸਾਬ ਨਾਲ ਇਹਨਾਂ ਸਪਰੇਆ ਦੀ ਵਰਤੋਂ ਕਰਨੀ ਹੈ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਸਹੀ ਡੋਜ਼ ਦੱਸੀ ਜਾਵੇ ਤੁਹਾਨੂੰ ਜਦੋਂ ਆਪਾਂ ਕੋਈ ਸਪਰੇਅ ਲੈਣ ਜਾਂਦੇ ਆ ਤਾਂ ਆਪਾਂ ਬਹੁਤ ਜ਼ਿਆਦਾ ਉਲਝਣ ਦੇ ਵਿੱਚ ਹੁੰਨੇ ਆ ਕਈ ਸਪਰੇਆ ਹੌਪਰ ਦੀ ਰੋਗ ਥਾਮ ਲਈ ਆਉਂਦੀਆਂ ਨੇ ਆਪਾਂ ਨੂੰ ਇੱਕ ਉਲਝਣ ਹੁੰਦੀ ਹੈ ਕਿਹੜੀ ਸਪਰੇਅ ਖਰੀਦੀਏ ਜਾਂ ਇਹਦੀ ਡੋਜ਼ ਕਈ ਵਾਰੀ ਆਪਾਂ ਨੂੰ ਸਹੀ ਪਤਾ ਨਹੀਂ ਹੁੰਦੀ ਜਾਂ ਕਿੰਨਾ ਰੇਟ ਹੈ ਇਹ ਸਾਰੀਆਂ ਗੱਲਾਂ ਇਸ ਵੀਡੀਓ ਦੇ ਵਿੱਚ ਦੱਸਣੀਆਂ ਨੇ ਇਹੀ ਇਸ ਵੀਡੀਓ ਦਾ ਮਕਸਦ ਹੈ ਇਹ ਕੋਈ ਜ਼ਰੂਰੀ ਚੀਜ਼ਾਂ ਨਹੀਂ ਕਿ ਆਪਾਂ ਹੌਪਰ ਦਾ ਹਮਲਾ ਨਹੀਂ ਤਾਂ ਆਪਾਂ ਮਹਿੰਗੀਆਂ ਸਪਰੇਆਂ ਕਰਨੀਆਂ ਨੇ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਜੇ ਤੁਹਾਡੇ ਝੋਨੇ ਦੇ ਵਿੱਚ ਪਿਛਲੇ ਸਾਲਾਂ ਦੌਰਾਨ ਹੌਪਰ ਦਾ ਅਟੈਕ ਜਿਹੜਾ ਨਹੀਂ ਆਉਂਦਾ ਜਾਂ ਜਿਹੜੀਆਂ ਵੈਰਾਈਟੀਆਂ ਹੁਣ ਜਿਹੜੀਆਂ 1509 ਅਗੇਤੀਆਂ ਲੱਗੀਆਂ ਸੀ ਉਹ ਹੁਣ ਪੱਕ ਗਈਆਂ ਨੇ ਲਾਲ ਹੋ ਗਏ ਨੇ ਦਾਣੇ ਉਹਨਾਂ ਦੇ ਵਿੱਚ ਹੌਪਰ ਜੇ ਥੋੜਾ ਬਾਅਦ ਆ ਵੀ ਜਾਂਦਾ ਹੈ ਹੁਣ ਤਾਂ ਮੇਰੇ ਹਿਸਾਬ ਦੇ ਨਾਲ 10 ਤੋਂ 15 ਦਿਨਾਂ ਦੇ ਵਿੱਚ ਉਹ ਜਿਹੜੀਆਂ ਵੈਰੈਟੀਆਂ ਵੱਡੀਆਂ ਜਾਣੀਆਂ ਨੇ ਤਾਂ ਉਹਨਾਂ ਨੂੰ ਹੌਪਰ ਦਾ ਕੋਈ ਡਰ ਨਹੀਂ ਹੈ। ਡਰ ਕਿਨਾਂ ਨੂੰ ਹੈ 11 21 ਜਿਹੜੀਆਂ ਲੱਗੀਆਂ ਨੇ 17 18 ਜਿਹੜੀਆਂ ਲੱਗੀਆਂ ਨੇ ਜਾਂ ਹੋਰ ਜਿੰਨੀਆਂ ਵੀ ਲੇਟ ਵੈਰੈਟੀਆਂ ਹੈਗੀਆਂ ਨੇ ਜੇ ਕਈ ਵਾਰੀ ਆਪਾਂ ਪਾਣੀ ਦਾ ਸਹੀ ਪ੍ਰਬੰਧ ਆਪਣੇ ਕੋਲੋਂ ਨਹੀਂ ਹੁੰਦਾ ਕੋਈ ਹੌਪਰ ਦਾ ਜ਼ਿਆਦਾਤਰ ਆਪਾਂ ਨੂੰ ਡੈਗ ਦੇਖਣ ਨੂੰ ਮਿਲ ਜਾਂਦਾ ਹੈ। ਜੇ ਜ਼ਿਆਦਾ ਇਹਦਾ ਹਮਲਾ ਵੱਧ ਆ ਇਹਦਾ ਕਾਫੀ ਹੱਦ ਤੱਕ ਆਪਣਾ ਨੁਕਸਾਨ ਹੋ ਜਾਂਦਾ ਹੈ ਹੌਪਰ ਦੇ ਨਾਲ। ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਸਪਰੇਅ ਆਪਾਂ ਲਿਆਉਣਿਆ ਸਜੰਟਾ ਕੰਪਨੀ ਦੀ ਚੈਸ ਇਦੇ ਵਿੱਚ ਟੈਕਨੀਕਲ ਪਾਈ ਮੈਟਰੋਜਨ 50 ਡਬਲਯੂਜੀ ਇਹਦੀ ਜਿਹੜੀ ਡੋਜ਼ ਹੈ 120 ਗ੍ਰਾਮ ਆਪਾਂ ਇੱਕ ਕਿੱਲੇ ਦੀ ਪਾਉਣੀ ਹੈ ਇਹਦਾ ਖਰਚਾ 700 ਰੁਪਏ ਦੇ ਲਾਗੇਵਾਨੇ ਹੁੰਦਾ ਹੈ ਇੱਕ ਕਿੱਲੇ ਦਾ ਚੰਗੇ ਰਿਜ਼ਲਟ ਇਹਦੇ ਤੋਂ ਆਪਾਂ ਨੂੰ ਦੇਖਣ ਨੂੰ ਜਿਹੜੇ ਆ ਮਿਲ ਜਾਂਦੇ ਨੇ ਇਹਦੇ ਤੋਂ ਬਾਅਦ ਦੇ ਵਿੱਚ ਦੂਸਰੇ ਨੰਬਰ ਤੇ ਜਿਹੜੀ ਆਪਣੀ ਸੂਰੇ ਆਉਂਦੀ ਹੈ ਡਿਊ ਪੌਂਡ ਵਾਲਿਆਂ ਦੀ ਪੈਕਸੋਲੀਨ ਇਹਦੇ ਵਿੱਚ ਟ੍ਰਾਈਫਲੂ ਮੀਜੋਪਾਇਰੋਮ ਟੈਕਨੀਕਲ 10% ਐਸ.ਈ ਦੇ ਨਾਮ ਦੇ ਉੱਪਰ ਆਉਂਦਾ ਹੈ ਇਹਦਾ ਅਸਰ 20 ਤੋਂ 25 ਦਿਨਾਂ ਤੱਕ ਆਪਣੇ ਝੋਨੇ ਦੇ ਵਿੱਚ ਰਹਿੰਦਾ ਹੈ ਖਰਚਾ ਇਹਦਾ ਥੋੜਾ ਜਿਹਾ ਜ਼ਿਆਦਾ ਹੈ ਥੋੜਾ ਜਿਹਾ ਕਿ ਕਾਫੀ ਜ਼ਿਆਦਾ ਹੈ 1200 ਰੁਪਇਆ ਇੱਕ ਕਿੱਲੇ ਦਾ ਇਹਦਾ ਖਰਚਾ ਜਿਹੜਾ ਹੈ ਆਪਾਂ ਨੂੰ ਪੈਂਦਾ ਹੈ ਇੱਕ ਕਿੱਲੇ ਦੇ ਵਿੱਚ ਇਹਦੀ ਆਪਾਂ 90 ਤੋਂ 95 ਐਮਐਲ ਜਿਹੜੀ ਡੋਜ਼ ਇਹਦੀ ਪਾਉਣੀ ਹੈ ਲੋਡ ਦੇ ਮੁਤਾਬਕ ਹੀ ਕਰਨੀ ਹੈ ਐਮਰਜੈਂਸੀ ਦੇ ਵਿੱਚ ਇਹ ਆਪਾਂ ਕਰਨੀ ਹੈ ਕਿਉਂਕਿ ਕਾਫੀ ਜ਼ਿਆਦਾ ਮਹਿੰਗੀ ਹੈ ਕਾਫੀ ਇਹਦਾ ਆਪਾਂ ਨੂੰ ਖਰਚਾ ਪੈਂਦਾ ਹੈ ਇਹਨਾਂ ਦੋਹਾਂ ਤੋਂ ਬਾਅਦ ਦੇ ਵਿੱਚ ਤੀਸਰੇ ਨੰਬਰ ਤੇ ਆਸ਼ੀਨ ਇਹਦੇ ਬਾਰੇ ਆਪਾਂ ਸਾਰੇ ਹੀ ਜਾਣਦੇ ਆ ਇਹਦੇ ਵਿੱਚ ਡਾਈਨਾਟੋਫਿਰੋਨ 20% ਐਸਜੀ ਫਾਰਮ ਦੇ ਵਿੱਚ ਜਿਹੜਾ ਆਉਂਦਾ ਹੈ ਤੇ ਇਹਦੀ ਆਪਾਂ ਇੱਕ ਕਿੱਲੇ ਦੇ ਵਿੱਚ 70 ਗ੍ਰਾਮ ਡੋਜ਼ ਪਾਉਣੀ ਹੈ ਅਸਰ ਇਹਦਾ 12 ਤੋਂ 15 ਦਿਨ ਰਹਿੰਦਾ ਹੈ ਅਸਰ ਇਹਦਾ ਥੋੜੇ ਦਿਨ ਰਹਿੰਦਾ ਹੈ ਪਰ ਇਹ ਚੀਜ਼ਾਂ ਕਿਉਂਕਿ ਐਮਰਜੈਂਸੀ ਲਈ ਹੁੰਦੀਆਂ ਨੇ ਇੱਥੇ ਆਪਾਂ ਅਸਰ ਨੂੰ ਜ਼ਿਆਦਾ ਅੱਗੇ ਲੈ ਕੇ ਨਹੀਂ ਆਉਣਾ ਜਦੋਂ ਆਪਣਾ ਝੋਨਾ 20-25 ਦਿਨ ਵੱਢਣ ਦੇ ਵਿੱਚ ਰਹਿ ਗਏ ਨੇ ਉਹਦੇ ਉੱਪਰ ਹੌਪਰ ਦਾ ਬਹੁਤ ਜ਼ਿਆਦਾ ਅਟੈਕ ਹੋ ਗਿਆ ਹੈ ਤਾਂ ਉੱਥੇ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ ਚੰਗੇ ਰਿਜ਼ਲਟ ਦੇਖਣ ਨੂੰ ਮਿਲ ਜਾਣਗੇ ਇਹਦਾ ਖਰਚਾ ਤਕਰੀਬਨ 300 ਤੋਂ 350 ਇੱਕ ਕਿੱਲੇ ਦਾ ਆਪਾਂ ਨੂੰ ਪੈਂਦਾ ਹੈ ਲੋਡ ਦੇ ਮੁਤਾਬਕ ਆਪਾਂ ਇਸ ਸਪਰੇਅ ਦੀ ਵਰਤੋਂ ਜਿਹੜੀ ਹੈ ਕਰ ਸਕਦੇ ਹਾਂ ਇਨਾਂ ਤੋਂ ਬਾਅਦ ਦੇ ਵਿੱਚ ਚੌਥੇ ਨੰਬਰ ਤੇ ਕਾਫੀ ਪੁਰਾਣੀ ਸਪਰੇਅ ਆ ਬਾਅਰ ਕੌਨਫੀਡੋਰ ਅਮੈਂਡਾ ਕਲੋਰੋਪਾਈਡ 17.8% ਇਹਦੀ ਆਪਾਂ 100ml ਡੋਜ਼ ਇੱਕ ਕਿੱਲੇ ਦੇ ਵਿੱਚ ਪਾਉਣੀ ਹੈ ਜੇ ਹੌਪਰ ਦਾ ਘਟ ਹੈ ਟਾਗੇ ਜਾਂ ਆਪਾਂ ਆਪਣੇ ਮਨ ਦੀ ਖੁਸ਼ੀ ਲਈ ਸਪਰੇਅ ਕਰਦੇ ਆ ਜਿਹੜੇ ਕਿਸਾਨ ਕਰਦੇ ਆ ਹੁਣ ਇੱਥੇ ਆ ਕੇ ਜਿਨ੍ਹਾਂ ਨੇ ਨਸਾਰੇ ਦੇ ਉੱਪਰ ਸਪਰੇਅ ਕੋਈ ਕਰਨੀ ਹੁੰਦੀ ਹੈ ਉਹਦੇ ਨਾਲ ਉਹ ਤੇਲੇ ਵਾਲੀ ਇੱਕ ਜ਼ਰੂਰ ਪਾਉਂਦੇ ਆ ਆਪਾਂ ਜਿੰਨਾ ਮਰਜ਼ੀ ਕਹਿ ਲਈਏ ਕਿ ਤੁਸੀਂ ਨਾ ਕਰੋ ਪਰ ਉਹਨਾਂ ਨੇ ਕਰਨੀ ਹੀ ਹੁੰਦੀ ਹੈ ਤਾਂ ਉੱਥੇ ਉਹ ਇਹ ਸਪਰੇਅ ਕਰ ਸਕਦੇ ਨੇ ਹੋਰ ਦੂਜੀਆਂ ਜਿਹੜੀਆਂ ਜਾ ਸੋਸ਼ੀਨ ਨੇ ਉਹਨਾਂ ਨੂੰ ਬੇ ਲੋੜ ਆਪਾਂ ਨਾ ਵਰਤੀਏ ਐਮਰਜੈਂਸੀ ਦੇ ਵਿੱਚ ਆਪਾਂ ਉਹਨਾਂ ਦੀ ਵਰਤੋਂ ਕਰ ਸਕਦੇ ਆ ਇਹ ਜਿਹੜੀ ਸਪਰੇ ਹੁੰਦੀ ਏ ਬਾਇਰ ਕਨਫਿਡੋਰ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਇਹ ਘਟ ਤੇਲੇ ਦੇ ਵਿੱਚ ਘਟ ਹੌਪਰ ਦੇ ਵਿੱਚ ਚੰਗੇ ਰਿਜ਼ਲਟ ਆਪਾਂ ਨੂੰ ਦੇ ਜਾਂਦੀ ਏ 100 ਐਮ ਵਾਲਾ ਆਪਾਂ ਇਹਦੀ 1 ਕਿੱਲੇ ਦੇ ਵਿੱਚ ਡੋਜ਼ ਜਿਹੜੀ ਏ ਪਾਉਣੀ ਹੁੰਦੀ ਏ ਬਹੁਤੇ ਦੁਕਾਨਾਂ ਵਾਲੇ ਹੁਣ ਇਹਦੀ ਸਪਰੇ ਜਿਹੜੀ ਏ ਕਰਵਾਉਂਦੇ ਨੇ ਜਿਹੜੇ ਕਿਸਾਨ ਜਾ ਕੇ ਕਹਿੰਦੇ ਨੇ ਕਿ ਅਸੀਂ ਹੌਪਰ ਤੋਂ ਸਪਰੇ ਕਰਨੀ ਏ ਸਾਨੂੰ ਕੋਈ ਦੇ ਦਿਓ ਹੌਪਰ ਆਇਆ ਨਹੀਂ ਹੈ ਪਰ ਅਸੀਂ ਕਰਨੀ ਹੈ ਕਿਉਂਕਿ ਸਾਨੂੰ ਡਰ ਹੈਗੇ ਹੌਪਰ ਅਗਲੇ ਦਿਨਾਂ ਦੇ ਵਿੱਚ ਨਾ ਆ ਜਾਵੇ ਮੈਂ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਆਉਣ ਤੋਂ ਪਹਿਲਾਂ ਕਰੋ ਪਰ ਤੁਸੀਂ ਜੇ ਕਰਨੀ ਹੈ ਤਾਂ ਇਹ ਜਿਹੜੀ ਸਪਰੇਅ ਕਰ ਸਕਦੇ ਹੋ ਤੁਹਾਨੂੰ ਚੰਗੇ ਰਿਜ਼ਲਟ ਇਹਦੇ ਤੋਂ ਵੀ ਮਿਲ ਜਾਣਗੇ ਇਹਨਾਂ ਦੇ ਵਿੱਚ ਇੱਕ ਗੱਲ ਪੱਲੇ ਬੰਨਣ ਵਾਲੀ ਹੁੰਦੀ ਹੈ ਕਿ ਆਪਾਂ ਪਾਣੀ ਥੋੜਾ ਜਿਹਾ ਘੱਟ ਰੱਖ ਕੇ ਸਕਾ ਕੇ ਕਿਉਂਕਿ ਹੁਣ ਇੱਥੇ ਆ ਗਿਆ ਆਪਾਂ ਸਕਾ ਵੀ ਤਾਂ ਨਹੀਂ ਨਾ ਸਕਦੇ ਜਿਹੜੀਆਂ ਮੁੰਜਰਾ ਆਪਣੀਆਂ ਜਦੋਂ ਬਾਹਰ ਆਉਣੀਆਂ ਸਟਾਰਟ ਹੋ ਜਾਂਦੀਆਂ ਨੇ ਜੇ ਉੱਥੇ ਹੌਪਰ ਦਾ ਅਟੈਕ ਹੈ ਤਾਂ ਆਪਾਂ ਪਾਣੀ ਥੋੜਾ ਜਿਹਾ ਘੱਟ ਰੱਖ ਕੇ ਪੈੜੀ ਦੇ ਵਿੱਚ ਫਿਰ ਇਹਨਾਂ ਦੀ ਸ ਸ਼ਾਮ ਦੇ ਟਾਈਮ ਆਪਾਂ ਸਪਰੇਅ ਕਰਨੀ ਹੈ ਇਹਨਾਂ ਚੋਹਾਂ ਨੂੰ ਕੰਪੇਅਰ ਕਰਨਾ ਸਹੀ ਰਹੀ ਹੈ ਕਿਹੜੀ ਜ਼ਿਆਦਾ ਵਧੀਆ ਹੈ ਕਿਹੜੀ ਘੱਟ ਵਧੀਆ ਹੈ ਕਿਉਂਕਿ ਇਹ ਵੱਖਰੀਆਂ ਵੱਖਰੀਆਂ ਸਟੇਜਾਂ ਦੇ ਹਿਸਾਬ ਨਾਲ ਕੰਮ ਕਰਦੀਆਂ ਨੇ ਆਪਾਂ ਆਪਣੀ ਜੇਬ ਵੇਖਣੀ ਹੈ ਆਪਣਾ ਖਰਚਾ ਵੇਖਣਾ ਇਹਦਾ ਮੇਨ ਗੱਲ ਆਪਾਂ ਝੋਨੇ ਦੇ ਵਿੱਚ ਹੌਪਰ ਵੀ ਵੇਖਣਾ ਹੈ ਕਿ ਕਿੰਨੇ ਕ ਪਰਸੈਂਟ ਹੈਗਾ ਇਹਦੇ ਲਈ ਕਿਹੜੀ ਸਪਰੇਅ ਜ਼ਿਆਦਾ ਵਧੀਆ ਰਹੇਗੀ ਜੇ ਤੁਹਾਡੇ ਝੋਨੇ ਦੇ ਵਿੱਚ ਹੌਪਰ ਘੱਟ ਹੈ ਤਾਂ ਉਹਦੇ ਲਈ ਤੁਸੀਂ ਉਸ ਹਿਸਾਬ ਦੇ ਨਾਲ ਆਪਣੀ ਸਪਰੇਅ ਜਿਹੜੀ ਆ ਉਹ ਚੂਸ ਕਰਨੀ ਹੈ ਡਿਸਾਈਡ ਕਰਨੀ ਸਪਰੇਆ ਕਰਨ ਤੋਂ ਪਹਿਲਾਂ ਆਪਾਂ ਜਿਆਦਾ ਜ਼ਰੂਰੀ ਚੀਜ਼ ਹੈ ਕਿ ਝੋਨੇ ਦੇ ਵਿੱਚ ਜਾ ਕੇ ਫੇਰਾ ਰੱਖਣਾ ਹੈ ਆਪਾਂ ਵੇਖਣਾ ਹੈ ਹੌਪਰ ਕਿੰਨਾ ਕੁ ਆਇਆ ਹੈ ਜੇ ਆਉਂਦਾ ਹੈ ਤਾਂ ਸ਼ੁਰੂਆਤੀ ਟਾਈਮ ਦੇ ਵਿੱਚ ਆਪਾਂ ਇਹਨੂੰ ਫੜਨਾ ਹੈ ਜਿਆਦਾ ਨਹੀਂ ਵਧਣ ਦੇਣਾ ਸ਼ੁਰੂਆਤੀ ਟਾਈਮ ਦੇ ਵਿੱਚ ਆਪਾਂ ਇਹਦੀ ਸਪਰੇ ਜਿਹੜੀ ਹੈ ਲਾਜ਼ਮੀ ਕਰ ਦੇਣੀ ਹੈ ਜਿਆਦਾ ਜੇ ਵਧ ਜਾਂਦਾ ਹੈ ਤਾਂ ਕਾਫੀ ਹੱਦ ਤੱਕ ਆਪਣਾ ਨੁਕਸਾਨ ਕਰ ਹੀ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਜਿਹੜੀ ਮਰਜ਼ੀ ਸਪਰੇ ਕਰ ਦਈਏ ਪਰ ਜੇ ਹਮਲਾ ਆਪਣੇ ਝੋਨੇ ਦੇ ਵਿੱਚ ਨਹੀਂ ਹੈਗਾ ਕੁਝ ਵੈਰਾਈਟੀਆਂ ਜਿਹੜੀਆਂ ਪੱਕਣ ਦੀ ਸਟੇਜ ਤੇ ਆ ਗਈਆਂ ਨੇ ਉੱਥੇ ਹੌਪਰ ਦੀ ਸਪਰੇ ਆਪਾਂ ਨਾ ਕਰੀਏ ਜਿੱਥੇ ਲੋਡ ਹੈ ਜਿਹੜੀਆਂ ਵੈਰਾਈਟੀਆਂ ਦੇ ਵਿੱਚ ਲੋਡ ਹੈ ਉੱਥੇ ਆਪਾਂ ਇਹਦੀ ਸਵਰੇ ਕਰੀਏ ਸੋ ਇਹੀ ਕੁਝ ਗੱਲਾਂ ਸੀ ਇਸ ਵੀਡੀਓ ਦੇ ਵਿੱਚ ਜੇ ਚੰਗੀ ਲੱਗੇ ਤਾਂ ਲਾਈਕ ਕਰ ਜਾਇਆ ਕਰੋ ਯਾਰ ਵੀਡੀਓ ਨੂੰ ਵੇਖ ਕੇ ਚਲੇ ਜਾਂਦੇ ਹੋ ਬਾਕੀ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸਾਨਾਂ ਦਾ ਆਪਣੀਆਂ ਵੀਡੀਓ ਪਹੁੰਚ ਸਕਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ